ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, ਇਸ ਵੀਡੀਓ ਵਿੱਚ ਅਸੀਂ ਦੋ ਅੰਕਾਂ ਵਾਲੀਆਂ ਦੋ ਸੰਖਿਆਵਾਂ ਨੂੰ ਗੁਣਾ ਕਰਨ ਦਾ ਛੋਟਾ ਅਤੇ ਸੌਖਾ ਅਤੇ ਤੇਜ਼ ਢੰਗ ਸਿੱਖਾਂਗੇ। ਵੈਲਕਮ ਸਟੂਡੈਂਟਸ, ਵੀ ਆਰ ਗੋਇੰਗ ਟੂ ਲਰਨ ਅਬਾਊਟ ਦੀ ਮਲਟੀਪਲੀਕੇਸ਼ਨ ਆਫ ਟੂ ਡਿਜਿਟ ਨੰਬਰਸ ਇਨ ਅ ਸ਼ੋਰਟਰ ਐਂਡ ਫਾਸਟਰ ਵੇ। ਆਹ ਦੇਖੋ, ਸਭ ਤੋਂ ਪਹਿਲੇ ਇਹਦਾ ਜੋ ਪ੍ਰਿੰਸੀਪਲ ਹੈ, ਜੋ ਸਿਧਾਂਤ ਹੈ, ਉਹਨੂੰ ਸਿੱਖ ਲਈਏ। ਕੰਸੀਡਰ ਐਨੀ ਟੂ ਡਿਜਿਟ ਨੰਬਰਸ ਏ ਬੀ ਐਂਡ ਸੀ ਡੀ, ਕੋਈ ਵੀ ਦੋ ਸੰਖਿਆਵਾਂ ਹੋਣ, ਠੀਕ ਹੈ ਜੀ। ਨਾਓ ਏ ਬੀ ਕੈਨ ਬੀ ਰਿਟਨ ਐਸ 10 ਏ ਜਮਾਂ ਬੀ ਐਂਡ ਸੀ ਡੀ ਕੈਨ ਬੀ ਰਿਟਨ ਐਸ 10 ਸੀ ਜਮਾਂ ਡੀ। ਇਸੀ ਦਿਸ ਇਜ਼ ਦਾ ਵੇ ਹਾਓ ਵੀ ਐਕਸਪੈਂਡ ਯੂ ਨੋ ਨੰਬਰਸ ਇਨ ਟੂ ਦ ਟੈਨਸ ਹੰਡਰਡ ਔਰ ਵਟ ਐਵਰ। ਸੋ ਏ ਬੀ ਇੰਟੂ ਸੀ ਡੀ ਦਾ ਕੀ ਮਤਲਬ ਹੋਇਆ ਕਿ 10 ਏ ਜਮਾਂ ਬੀ ਇੰਟੂ 10 ਸੀ ਜਮਾਂ ਡੀ। ਨਾਓ ਵੈਨ ਵੀ ਓਪਨ ਦਾ ਬ੍ਰੈਕਟ ਵੀ ਗੈਟ 100 ਏ ਸੀ ਜਮਾਂ 10 ਏ ਡੀ ਜਮਾਂ 10 ਬੀ ਸੀ ਜਮਾਂ ਬੀ ਡੀ, ਠੀਕ ਹੈ ਜੀ। 100 ਏ ਸੀ ਰਿਮੇਨਸ ਲਾਈਕ ਦਿਸ, ਇੱਦਾਂ ਰਹੇਗਾ। ਇੱਥੋਂ 10 ਕਾਮਨ ਲੈ ਲਿਆ, ਸੋ ਆ ਗਿਆ ਏ ਡੀ ਜਮਾਂ ਬੀ ਸੀ ਜਮਾਂ ਬੀ ਡੀ। ਹੁਣ ਸਾਡਾ ਕੰਮ ਬੜਾ ਆਸਾਨ ਹੋ ਗਿਆ। ਦੇਖੋ, ਇਹਦਾ ਮਤਲਬ ਕਿ ਇਕਾਈ ਅੰਕ ਜਿਹੜਾ ਹੈਗਾ, ਇਕਾਈ ਅੰਕ 'ਤੇ ਉੱਥੇ ਸਾਡੇ ਕੋਲ ਬੀ ਡੀ ਆਏਗਾ, ਯੂਨਿਟਸ ਪਲੇਸ। ਅਤੇ ਜਿਹੜਾ ਦਹਾਈ ਅੰਕ ਹੈਗਾ, ਐਟ 10th ਪਲੇਸ ਵੀ ਵਿਲ ਹੈਵ ਏ ਡੀ ਜਮਾਂ ਬੀ ਸੀ, ਐਂਡ ਐਟ 100th ਪਲੇਸ ਸੈਂਕੜਾ ਜਿਹਾ ਥਾਂ ਹੈ ਉੱਥੇ ਆਏਗਾ ਏ ਸੀ। ਬਸ ਇਹ ਸਾਰੀ ਕਹਾਣੀ, ਹੋਰ ਕੁਛ ਨਹੀਂ ਹੈਗਾ। ਆਹ ਦੇਖੀਏ, ਹੁਣ ਇਹਨੂੰ ਮੈਂ ਥੋੜ੍ਹਾ ਵੱਡਾ ਕਰਕੇ ਲਿਖਿਆ। ਇਹ ਦੋ ਸੰਖਿਆਵਾਂ ਨੇ, ਜਿੱਦਾਂ ਇੱਕ ਏ ਬੀ ਅਤੇ ਇੱਕ ਸੀ ਡੀ, ਅਤੇ ਬੀ ਡੀ ਇਹ ਹੋ ਗਿਆ। ਇਹਨੂੰ ਇੱਦਾਂ ਕੀਤਾ, ਬੀ ਡੀ ਨਾਲ ਗੁਣਾ ਕਰਨਾ, ਇੱਥੇ ਲੱਗਿਆ ਬੀ ਡੀ, ਠੀਕ ਹੈ। ਇਸੀ ਤਰ੍ਹਾਂ ਇਹ 100th ਪਲੇਸ ਏ ਸੀ, ਏ ਸੀ ਆ ਗਿਆ, ਅਤੇ ਹੈਗਾ ਏ ਡੀ ਜਮਾਂ ਬੀ ਸੀ। ਏ ਡੀ ਏ ਡੀ ਨੂੰ ਗੁਣਾ ਕੀਤਾ, ਬੀ ਸੀ ਬੀ ਸੀ ਨੂੰ ਗੁਣਾ ਕੀਤਾ। ਇਹ ਕਹਿੰਦਾ 10th ਪਲੇਸ ਹੈਗਾ। ਇਹ ਇਕਾਈ ਅੰਕ ਛੱਡ ਕੇ ਇੱਥੇ ਇਹ 10th ਪਲੇਸ 'ਤੇ ਸਾਡਾ ਹੈਗਾ ਏ ਡੀ ਜਮਾਂ ਬੀ ਸੀ। ਇਹ ਇੱਕ ਜਿਹੜਾ ਇਹਦਾ ਪ੍ਰਿੰਸੀਪਲ ਹੈ, ਜੋ ਪ੍ਰੋਸੀਜਰ ਹੈ ਮੇਨ, ਇਹਦਾ ਇਹ ਹੈਗਾ। ਇਹ ਤੁਸੀਂ ਚੰਗੀ ਤਰ੍ਹਾਂ ਸਮਝ ਲਓ, ਦੈਨ ਯੂ ਵਿਲ ਨੋਟ ਫੋਰਗੈਟ ਥਰੂ ਆਊਟ ਯੂਰ ਲਾਈਫ। ਬਾਕੀ ਇਟਸ ਅ ਮੈਟਰ ਆਫ ਪ੍ਰੈਕਟਿਸ। ਹੁਣ ਤੁਹਾਨੂੰ ਉਦਾਹਰਣ ਦੇ ਦਿੰਦੇ ਹਾਂ। ਦੇਖੋ, ਫਸਟ ਉਦਾਹਰਣ 37 ਇੰਟੂ 54, 7 4 ਦਾ 28, 3 5 ਦਾ 15, ਹੁਣ 3 4 ਦਾ 12, 7 5 ਦਾ 35। ਮੈਂ ਤਾਂ ਸਾਈਡ 'ਤੇ ਵੀ ਲਿਖ ਦਿੱਤਾ, ਬਿਫੋਰ ਯੂ ਪ੍ਰੈਕਟਿਸ ਸੋ ਯੂ ਕੈਨ ਰਾਈਟ ਇਟ ਇਨ ਦਾ ਰਫ। ਸੋ ਇੱਥੇ ਆ ਜਾਏਗਾ 47 5 2 3 1 4, ਨਹੀਂ ਤਾਂ ਜਵਾਨੀ ਯਾਦ ਹੋ ਜਾਏਗਾ। ਯੂ ਕੈਨ ਐਡ ਓਰਲੀ, ਯੂ ਨੋ, 3 4 ਦਾ 12, 7 5 ਦਾ 35, 35 ਪਲੱਸ 12 ਇਜ਼ 47। ਸੋ ਇਹ ਇੱਕ ਇਕਾਈ ਅੰਕ ਛੱਡ ਕੇ ਇੱਥੇ ਛੱਡ ਕੇ, ਬਿਕੋਜ਼ ਇਟ ਇਜ਼ ਅ 10th ਪਲੇਸ, ਸੋ ਇੱਥੇ 47 ਲਿਖ ਦੇਣਾ, 8 2 7 9 5 4 9 ਇੱਕ ਆਨਸਰ ਆ ਗਿਆ। ਸੋ ਫਾਸਟ ਇਟ ਇਜ਼, ਸੋ ਫਾਸਟ ਮਤਲਬ ਕਿ ਤੁਸੀਂ ਜਿਹੜੇ ਪ੍ਰੈਕਟਿਸ ਕਰੋਗੇ ਤੁਸੀਂ ਹੈਰਾਨ ਹੋਵੋਗੇ। ਇਨ ਦਾ ਨੋਰਮਲ ਵੇ ਵਟ ਵੀ ਡੂ ਇਜ਼, ਫਸਟ ਵੀ ਮਲਟੀਪਲਾਈ ਬਾਈ 4, ਦੈਨ ਵੀ ਮਲਟੀਪਲਾਈ ਬਾਈ 5, ਐਂਡ ਦੈਨ ਵੀ ਐਡ ਦੈਮ ਅਪ, ਠੀਕ ਹੈ ਨਾ। ਹੁਣ ਇਹ ਦੇਖੋ, 63 46, 3 6 ਦਾ 18, 6 4 ਦਾ 24। ਇਹ ਇੱਕ ਅੰਕ ਛੱਡ ਦਿੱਤਾ, ਇੱਧਰੋਂ ਛੱਡ ਦਿੱਤਾ, ਯੂਨਿਟਸ ਪਲੇਸ ਛੱਡ ਦਿੱਤਾ। 6 6 36, 4 3 12, 32, 36 12 48 48, ਸੋ 8 1 8 9, 4 4 8 2 ਆ ਗਿਆ ਆਨਸਰ, ਦੈਟ ਇਜ਼ ਆਨਸਰ। ਔਰ ਥੋੜ੍ਹੇ ਜਿਹੇ ਐਗਜ਼ਾਮਪਲ ਹੋਰ ਦੇਖ ਲਈਏ, ਐਂਡ ਦੈਨ ਦਿਸ ਵੀਡੀਓ ਵਿਲ ਐਂਡ, ਐਂਡ ਦੈਨ ਵੀ ਵਿਲ ਡਿਸਕਸ ਸਮ ਅਦਰ ਵੀਡੀਓਜ਼ ਆਫ ਮਲਟੀਪਲੀਕੇਸ਼ਨ। ਉਦਾਹਰਣ ਕੰਟੀਨਿਊਸ, 74 ਇੰਟੂ 23, 4 3 12, 7 2 14, ਸੋ 7 3 21, 4 2 8, 21 8 29, 29, 2 1 9 10, 4 1 5 ਔਰ 10 7, 79 2 ਆ ਗਿਆ। 84 ਇੰਟੂ 29, 4 9 36, 4 9 36, 8 2 16, ਓ ਹੋ ਇਹ ਗਲਤ ਹੋ ਗਿਆ ਮੇਰੇ ਕੋਲ, ਮੈਂ ਆਈ ਥਿੰਕ ਆਈ ਡਿਡ ਨੋਟ ਕੰਸੀਡਰ ਇਟ, ਸੋਰੀ ਫੋਰ ਦੈਟ। ਇਹਨੂੰ ਇੱਥੇ ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ, ਇੱਥੇ 84 ਇੰਟੂ 29, ਸੋ ਦਿਸ ਬਿਕਮਸ ਲਾਈਕ ਦਿਸ, 4 9 36, 8 2 16, 9 8 72, ਅਤੇ 4 2 8, 72 8 80, ਉਹ ਕਿੰਨੀ ਜਲਦੀ ਹੋ ਰਿਹਾ, 3 14 2, ਇਹ ਆਨਸਰ ਆ ਗਿਆ। ਸੋ ਦਿਸ ਇਜ਼ ਹਾਓ ਇਟ ਇਜ਼ ਡਨ। ਸੋ ਇਹ ਮੈਂ 24 36, ਸੋ ਠੀਕ ਹੈ ਬੱਚੇ, ਮੈਂ ਐਕਚੁਲੀ ਇਹ ਥੋੜ੍ਹੇ ਦਿਨ ਪਹਿਲੇ ਕੀਤਾ ਸੀ, ਐਵੇਂ ਕੀਤਾ ਓਰਲੀ, ਕਿ ਵੰਸ ਯੂ ਹੈਵ ਪ੍ਰੈਕਟਿਸ ਦਿਸ, ਦੈਨ ਯੂ ਕੈਨ ਇਨਵੋਲਵ ਦਿਸ ਸਟੈਪ ਆਟੋਮੈਟਿਕਲੀ। ਇਹ ਮੈਂ ਤਾਂ ਕੀਤਾ ਸੀ, ਸੋਰੀ ਫੋਰ ਦੈਟ, ਇਹ ਕਨਫਿਊਜ਼ਨ ਹੋ ਗਿਆ। ਸੋ ਇਹ ਦੇਖੋ, ਇਹ ਬੱਚਿਓ ਜਿੱਦਾਂ ਹੈਗਾ ਹੈ ਕਿ ਹੁਣ ਇਹ ਸਟੇਜ ਆ ਗਿਆ, ਵੰਸ ਯੂ ਪ੍ਰੈਕਟਿਸ ਦਿਸ, ਜਾਂ ਯੂ ਡੋਂਟ ਹੈਵ ਟੂ ਰਾਈਟ ਦਿਸ ਸੈਪਰੇਟਲੀ। ਇਹ ਦੇਖੋ ਇਸ ਤਰ੍ਹਾਂ ਹੋਏਗਾ, 7 2 8 56 5 ਕੈਰੀ, 7 8 ਦਾ 55 ਕੈਰੀ, 8 3 ਦਾ 24, 7 4 ਦਾ 28, ਸੋ 24 ਔਰ 28 ਦਿਨਾਂ 52 ਪਲੱਸ 5 57, 5 ਹਾਸਿਲ, 4 3 ਦਾ 12, 12 ਪਲੱਸ 5 17, ਸੋ 17 76, ਸੋ ਇਨ ਵਨ ਸਟੈਪ ਆਲਸੋ ਯੂ ਕੈਨ ਡੂ ਇਟ। ਸੋ ਇਟ ਵਾਜ਼ ਐਕਚੁਲੀ ਆਨਸਰ ਠੀਕ ਲਿਖਿਆ ਸੀਗਾ,
बट वो मैं एक्चुअली 2 दिन पहले 4 दिन पहले लिखा सी तो आई डिड नॉट रिमेंबर दिस. ठीक है, सो देखो ने देखिए, इट इज इन वन स्टेप नाउ. 9 एकम 9 ऐसे सदे आ गया, 6 9 द 54, 8 एकम 8. ठीक है, 54 प्लस 8 62, 2 इतने आ गया, 6 कैरी, 8 6 48, 48 प्लस 6 54 आंसर आ गया. नाउ अभी देखो, 8 7 द 56, 5 कैरी, 77 49, 9 8 72. सो 72 और 49 थोड़ा कितना हो गया, देखो 72 और 49 हो गया थोड़ा 2 और 9 11, 17 8 4 12, 5 कैरी सी, सो 126 इतने आ गया. नौ 12 कैरी, 9 7 हो गया 63 63, और जरा 12 कैरी, सो 75, सो 7 5 6 6 आ गया. हूँ देखो 4 7 द 28, 2 कैरी, 77 35, 4 4 16, 35 और 16 जिन्ना कितना हो गया 51 हो गया. ठीक है, 51 ते 2 53, 5 कैरी, 5 6 20, 25 25 फिर आ गया 7 3 द 21, 2 कैरी, 5 3 15 8 7 56, 56 और 15 71, 2 कैरी सीगा 73 7 कैरी ना हो, 8 5 40 40 7 47. सो इसलिए सो आसान, देखो मैं इस तरह किया है, हूँ इस तरह तुम भी अलग अलग नंबर लैके ये प्रैक्टिस जी है वो कर सकते हो. सो दैट्स ऑल फॉर दिस वीडियो. हूँ अगले वीडियो बच्चों असं तुम्हें कुछ स्पैशल केसिज लैके आवोंगे जेडे कि इनू होर स्पीडअप कर देंगे, जेडे कि स्पैशल कुछ केसिज होंगे ने 2 डिजिट नंबर के, वो भी थोड़े नाल शेयर करांगे. सो तुसी सारे चैनल सबसक्राइब करो. इफ यू लाइक द कॉन्सैप्ट, लाइक द वर्क बीइंग डन, यू लाइक इट, उन्होंने लाइक द बटन दबाओ, अपने दोस्तों मित्रों होर फ्रेंड्स में ये बारे दसो, वो तो विद्यार्थियों ताकि सारे बच्चे का लाहा लै सकन. ते अगले वीडियो तक ले गुड बाय, रब रखा.